ਗੁਰਦੁਆਰਾ ਦਸ਼ਮੇਸ਼ ਦਰਬਾਰ ਨਿਊ ਜਰਸੀ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਦਾ ਕੰਮ ਅਮਨ ਅਮਾਨ ਦੇ ਨਾਲ ਨੇਪਰੇ ਚੜ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ 20 ਫਰਵਰੀ ਨੂੰ ਪੈ ਗਈਆਂ ਨੇ, ਜਿਸ ਦੇ ਵਿੱਚ ਸਤਨਾਮ ਸਿੰਘ ਵਿਰਕ ਦੀ ਸਲੇਟ ਜੇਤੂ ਰਹੀ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਨਿਊ ਜਰਸੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ 20 ਫਰਵਰੀ ਨੂੰ ਬੜੀ ਹੀ ਸ਼ਾਂਤੀਪੂਰਵਕ ਪਈਆਂ, ਜਿਸ ਵਿੱਚ ਸਤਨਾਮ ਸਿੰਘ ਵਿਰਕ ਦੀ ਸਲੇਟ ਨੂੰ ਜਿੱਤ ਹਾਸਲ ਹੋਈ। ਕੁੱਲ ਵੋਟਾਂ 136 ਸਨ, ਜਿਸ ਵਿੱਚੋਂ 127 ਵੋਟਾਂ ਪੋਲ ਹੋਈਆਂ, ਜਿਸ ਵਿੱਚ ਸਤਨਾਮ ਸਿੰਘ ਦੀ ਸਲੇਟ ਨੂੰ 66 ਵੋਟਾਂ ਪਈਆਂ ਨੇ, ਜਦਕਿ ਬਰਜਿੰਦਰ ਸਿੰਘ ਬਰਾੜ ਹੁਣਾਂ ਦੀ ਸਲੇਟ ਨੂੰ 51 ਵੋਟਾਂ ਪਈਆਂ ਨੇ। 10 ਵੋਟਾਂ ਮਿਕਸਡ ਵੋਟਾਂ ਐਲਾਨੀਆਂ ਗਈਆਂ। ਸੋ ਇਸ ਤਰ੍ਹਾਂ ਸਤਨਾਮ ਸਿੰਘ ਵਿਰਕ ਦੀ ਸਲੇਟ ਨੂੰ 15 ਵੋਟਾਂ ਦੇ ਫਰਕ ਨਾਲ ਵਿਜੇਤਾ ਘੋਸ਼ਿਤ ਕੀਤਾ ਗਿਆ। Slate A has won with 66 votes. Slate B had 51 votes, and we had mixed ballots of 10. We had 127 voted, registered and voted. ਇੱਥੇ ਇਹ ਗੱਲ ਵੀ ਜ਼ਿਕਰ ਯੋਗ ਹੈ ਕਿ ਇਸ ਗੁਰੂ ਘਰ ਦੀ ਸੰਗਤ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਵੋਟਾਂ ਸਿਰਫ 136 ਰਜਿਸਟਰ ਕੀਤੀਆਂ ਗਈਆਂ ਨੇ, ਕਿਉਂਕਿ ਵੋਟਾਂ ਬਣਾਉਣ ਦੀ ਰਜਿਸਟ੍ਰੇਸ਼ਨ ਫੀਸ $2100 ਰੱਖੀ ਗਈ ਸੀ। ਇਸ ਮੌਕੇ ਨਵੇਂ ਬਣੇ ਪ੍ਰੈਜ਼ੀਡੈਂਟ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਇਲੈਕਸ਼ਨ ਸ਼ਾਂਤੀਪੂਰਵਕ ਅਤੇ ਸਹੀ ਹੋਈ ਹੈ। ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਸੰਗਤ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਇਹ ਜੋ ਇਲੈਕਸ਼ਨ ਜਿਹੜੀ ਹੈ ਓਪਨਲੀ ਫੇਅਰ ਐਂਡ ਇੰਪਾਰਸ਼ਲ ਹੋਈ ਹੈਗੀ, ਜਿਹਦੇ ਵਿੱਚ 10 ਦੀ ਸਲੇਟ ਏ ਸੀਗੀਆਂ ਔਰ ਵਿਨ ਕੀਤਾ ਹੈ ਸੰਗਤ ਦੇ ਸਹਿਯੋਗ ਦੇ ਨਾਲ, ਔਰ ਜੋ ਵੀ ਹੁਣ ਕਾਰਜ 2 ਸਾਲ ਦੇ ਵਿੱਚ ਹੋਣਗੇ ਸਾਰਿਆਂ ਨੂੰ ਮਿਲਾ ਕੇ ਪਿਆਰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਘਰ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਪ੍ਰਣ ਕਰਦੇ ਹਾਂ ਕਿ ਇਹ ਜਿਹੜਾ ਕਾਰਜ ਆ, ਜੋ ਵੀ ਰਹਿੰਦੇ ਕਾਰਜ ਨੇ ਇਹਨਾਂ ਨੇ ਵੀ ਬੜਾ ਬਹੁਤ ਯੋਗਦਾਨ ਪਾਇਆ, ਬਹੁਤ ਕੁਛ ਕੀਤਾ ਹੈ ਗੁਰੂ ਘਰ ਦੇ ਵਿੱਚ, ਅਤੇ ਆਸ ਕੀਤੀ ਜਾਂਦੀ ਆ ਕਿ ਸਤਿਗੁਰੂ ਪਾਤਸ਼ਾਹ ਸਾਡੇ ਕੋਲ ਵੀ ਇਹੋ ਜਿਹੀ ਸੇਵਾ ਲੈਣ, ਤਾਂ ਜੋ ਗੁਰੂ ਘਰ ਦੀ ਚੜ੍ਹਦੀ ਕਲਾ ਵਾਸਤੇ ਔਰ ਸਾਰੇ ਦੇ ਸਾਰੇ ਕਾਰਜ ਜਿਹੜੇ ਨੇਪਰੇ ਚੜ੍ਹਨ। ਵੋਟਾਂ ਤੋਂ ਬਾਅਦ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਨੇ ਵੀ ਇਸ ਗੱਲ ਵਿੱਚ ਹਾਮੀ ਭਰੀ ਕਿ ਵੋਟਾਂ ਫੇਅਰ ਐਂਡ ਅਤੇ ਵਧੀਆ ਤਰੀਕੇ ਨਾਲ ਪਈਆਂ ਨੇ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਤਨਾਮ ਸਿੰਘ ਵਿਰਕ ਪੋਜ਼ਿਟਿਵ ਕੰਮ ਵਿੱਚ ਉਹਨਾਂ ਦਾ ਸਹਿਯੋਗ ਦੇਣਗੇ। ਜੋ ਅੱਜ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਇਲੈਕਸ਼ਨ ਹੋਈ ਹੈ, ਇਹ ਫੇਅਰ ਔਰ ਪੀਸਫੁਲੀ ਹੋਈ ਹੈ। ਸਾਰੇ ਮੈਂਬਰ, ਸਾਰੀ ਸੰਗਤ ਵਧਾਈ ਦੀ ਪਾਤਰ ਹੈ। ਔਰ ਇਹ ਇਲੈਕਸ਼ਨ ਜੋ ਕਿ ਪਹਿਲਾਂ ਸਾਡੇ ਇਹ ਸਮਝਿਆ ਜਾਂਦਾ ਸੀ ਸ਼ਾਇਦ ਇਹ ਗੁਰਦੁਆਰਾ ਸਾਹਿਬ ਇੱਕ ਪਰਿਵਾਰ ਦੇ ਵਿੱਚ ਹੈ, ਇੱਕ ਪਰਿਵਾਰ ਹੀ ਵੋਟਾਂ ਪਾਉਂਦਾ ਹੈ, ਉਸ ਤੋਂ ਉੱਪਰ ਉੱਠ ਕੇ ਇਸ ਸਾਲ ਪਹਿਲੀ ਵਾਰ ਮੈਂਬਰਸ਼ਿਪ ਖੋਲ੍ਹੀ ਗਈ ਸੀ ਔਰ ਸੰਗਤ ਦੇ ਮੈਂਬਰ ਹੋਰ ਵੀ ਬਾਹਰੋਂ ਬਹੁਤ ਆਏ ਸੀ। ਉਹਦੇ ਬੇਸ 'ਤੇ ਜੋ ਵੀ ਇਲੈਕਸ਼ਨ ਹੋਈ ਹੈ ਫੇਅਰ, ਔਰ ਜੋ ਸਲੇਟ ਬੀ ਨੂੰ ਮੈਂ ਰੀਪ੍ਰਜੈਂਟ ਕਰਦਾ ਸੀ ਉਹ ਇਸ ਦੇ ਵਿੱਚ ਘੱਟ ਵੋਟਾਂ ਲਈਆਂ। ਭਾਈ ਸਤਨਾਮ ਸਿੰਘ ਵਿਰਕ ਜਿਨ੍ਹਾਂ ਦੀ ਸਲੇਟ ਜਿੱਤੀ ਹੈ, ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਸ ਮੌਕੇ ਹੋਰ ਵੀ ਕਈ ਜਿੱਤੀ ਹੋਈ ਸਲੇਟ ਦੇ ਸਪੋਰਟਰਾਂ ਨੇ ਸਭ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਦਾ ਧੰਨਵਾਦ ਕੀਤਾ। ਇੱਥੇ ਦੀ ਮੈਨੇਜਮੈਂਟ ਕਮੇਟੀ ਦੀ ਅੱਜ ਜੋ ਚੋਣ ਹੈ ਬੜੇ ਪਿਆਰ ਦੇ ਨਾਲ ਹੋਈ ਹੈ। ਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਭਾਈ ਸਤਨਾਮ ਸਿੰਘ ਜੀ ਵਿਰਕ ਦੀ ਇਸ ਸਲੇਟ ਨੂੰ, ਜੋ ਸੇਵਾ ਸਤਿਗੁਰ ਜੀ ਨੇ ਬਖਸ਼ੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ 'ਤੇ, ਇਹਨਾਂ ਦੇ ਸਾਰੇ ਸਾਥੀਆਂ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਸਾਡੀ ਸਾਰੀ ਸੰਗਤ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਨਾਲ ਮਿਲ ਕੇ ਗੁਰਦੁਆਰਾ ਦਸ਼ਮੇਸ਼ ਦਰਬਾਰ ਨੂੰ ਹੋਰ ਅੱਗੇ ਚੜ੍ਹਦੀ ਕਲਾ ਵਿੱਚ ਲੈ ਕੇ ਜਾ ਸਕੀਏ। ਬਾਕੀ ਸਾਧ ਸੰਗਤ ਦੇ ਸਹਿਯੋਗ ਦੀ ਬੜੀ ਜ਼ਰੂਰਤ ਹੈ, ਕੋਈ ਆਪੋਜੀਸ਼ਨ ਨਹੀਂ। ਅੱਜ ਇਲੈਕਸ਼ਨ ਇਜ਼ ਓਵਰ, ਸਾਰੇ ਅਸੀਂ ਭੈਣ ਭਰਾ ਹੈ, ਕਿਸੇ ਨਾਲ ਕੋਈ ਦੁਬਿਧਾ ਦਵੈਤ ਨਹੀਂ, ਸਾਰੇ ਰਲ ਮਿਲ ਕੇ ਅਸੀਂ ਗੁਰੂ ਘਰ ਦੀ
ਚੜ੍ਹਦੀ ਕਲਾ ਵਾਸਤੇ ਸਾਰਿਆਂ ਨੇ ਕੰਮ ਕਰਨਾ ਹੈ ਜੀ। ਇਸ ਇਲੈਕਸ਼ਨ ਦੇ ਵਿੱਚ ਤਕਰੀਬਨ 138 ਮੈਂਬਰ ਸਨ, ਪਰ ਜਿਨ੍ਹਾਂ ਵਿੱਚੋਂ ਥੋੜ੍ਹੇ ਬਹੁਤੇ ਮਾਈਨਰ ਕਰਕੇ ਚੱਕਲੀ ਵੋਟਾਂ ਜਿਹੜੀਆਂ ਪਈਆਂ ਸ਼ਾਇਦ 132 ਦੇ ਕਰੀਬ, ਜਿਹੜਾ 127 ਵੋਟਾਂ ਪਈਆਂ ਔਰ 66 ਇੱਕ ਪਾਸੇ ਅਤੇ 51 ਇੱਕ ਪਾਸੇ। ਪਰ ਗੱਲ ਇਹ ਹੈਗੀ ਆ ਵੀ ਇਹ ਗੁਰਦੁਆਰੇ ਦੇ ਵਿੱਚ ਵੈਸੇ ਤਾਂ ਵੋਟਾਂ ਹੋਣੀਆਂ ਨਹੀਂ ਚਾਹੀਦੀਆਂ, ਪਰ ਜਦੋਂ ਇਹਨਾਂ ਦੀ ਜ਼ਰੂਰਤ ਆ ਤਾਂ ਜ਼ਰੂਰਤ ਆ। ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਅਸੀਂ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਵਾਰ ਦੱਸ ਦਈਏ ਕਿ ਦਸ਼ਮੇਸ਼ ਦਰਬਾਰ ਵਾਕਿਆ ਹੀ ਦਸ਼ਮੇਸ਼ ਦਰਬਾਰ ਆ। ਇਹਦੇ ਵਿੱਚ ਉਤਰਾਂ ਦੇ ਕੀਰਤਨ ਹੋਣ, ਉੱਦਾਂ ਦੇ ਕਸਾਬਾਚਕ ਹੋਣ, ਉੱਦਾਂ ਦੇ ਪ੍ਰੋਗਰਾਮ ਹੋਣ, ਉੱਦਾਂ ਦੇ ਈਵੈਂਟ ਹੋਣ ਕਿ ਦੁਨੀਆ ਇਹਨੂੰ ਮਿਸਾਲ ਸਮਝੇ ਔਰ ਇਹਦੀ ਰੀਸ ਕਰੇ। ਅਸੀਂ ਇਹੋ ਚਾਹਵਾਂਗੇ, ਵਾਹਿਗੁਰੂ ਅਰਦਾਸ ਕਰਦੇ ਹਾਂ ਇਹ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਆ, ਤਾਂ ਕਿ ਅਸੀਂ ਰਲ ਮਿਲ ਕੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾ ਸਕੀਏ। ਸਲੇਟ ਦੀ ਚੋਣ ਤੋਂ ਬਾਅਦ ਸਤਨਾਮ ਸਿੰਘ ਵਿਰਕ ਹੁਣਾਂ ਨੇ ਅਹੁਦੇਦਾਰਾਂ ਦੀ ਚੋਣ ਲਈ 31 ਮੈਂਬਰੀ ਕਮੇਟੀ ਦੀਆਂ ਵੀ ਵੋਟਾਂ ਪਾਈਆਂ ਤੇ 11 ਅਹੁਦੇਦਾਰਾਂ ਦੀ ਚੁਣੇ ਗਏ। ਫੋਰ ਦੀ ਸੁਪਰੀਮ ਵੀ ਹੈਵ ਹੈਡ 30 ਪੀਪਲ ਰਜਿਸਟਰਡ ਟੂ ਵੋਟ। ਵੀ ਹੈਡ ਫੋਰ ਸੁਪਰੀਮ ਕਾਉਂਸਲ ਮੈਂਬਰਸ, ਦਾ ਪ੍ਰੈਜ਼ੀਡੈਂਟ ਇਜ਼ ਸਤਨਾਮ ਐਸ ਵਿਰਕ, ਵਾਈਸ ਪ੍ਰੈਜ਼ੀਡੈਂਟ ਸਤਵਾਨ ਸਿੰਘ ਜੋਹਲ, ਸੈਕਰਟਰੀ ਸਤਨਾਮ ਸਿੰਘ, ਟ੍ਰੈਜ਼ਰਰ ਪਰਮਿੰਦਰ ਸਿੰਘ, Coordinator Hari Singh Sanga, Assistant Secretary Avtar Singh, Assistant Treasurer Inderjit Singh Kalan, Public Relations Inderjit Singh. For the election for the Governing Body Council of Dashmesh Darbar, the Governing Council officers are GBC Chairman is Raminder Singh, GBC Vice Chairman Hardel Singh Joel, GBC Secretary Inderjit Singh. ਉਮੀਦ ਹੈ ਕਿ ਨਵੀਂ ਬਣੀ ਕਮੇਟੀ ਸੰਗਤ ਦੀ ਸੋਚ ਅਨੁਸਾਰ ਪਹਿਲਾਂ ਵਾਲੀ ਕਮੇਟੀ ਨਾਲੋਂ ਵੀ ਜ਼ਿਆਦਾ ਤਨਦੇਹੀ ਨਾਲ ਗੁਰੂ ਘਰ ਦੇ ਕੰਮ ਵਿੱਚ ਸੇਵਾ ਨਿਭਾਉਂਦੀ ਰਹੇਗੀ। ਨਿਊ ਜਰਸੀ ਤੋਂ ਗਿਲ ਪ੍ਰਦੀਪ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ ਲਈ।